ਉੱਠ ਫਰੀਦਾ ਸੁੱਤਿਆ ਤੇ ਤੂੰ ਚਾੜੂ ਦੇ ਮਸੀਤੀ ਉਹ ਤੂੰ ਸੁੱਤਾ ਤੇ ਰੱਬ ਪਿਆ ਜਾਗੇ। ਬਾਬਾ ਫਰੀਦ ਸਾਹਿਬ ਕੀ ਫਰਮਾਉਂਦੇ ਨੇ, ਉਹ ਕਹਿੰਦੇ ਨੇ ਉਹ ਫਰੀਦਾ ਤੂੰ ਸੁੱਤਾ ਤੇ ਰੱਬ ਪਿਆ ਜਾਗੇ ਤੇ ਤੇਰੀ ਡਾਢ ਨਾਲ ਪ੍ਰੀਤ। ਔਜ਼ ਬਿੱਲਾਹਿ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਮੇਰੇ ਦੋਸਤੋ ਅਤੇ ਮੇਰੇ ਸਲਾਮੀ ਭੈਣ ਭਰਾਓ, ਅੱਜ ਤੁਹਾਨੂੰ ਮੈਂ ਇੱਕ ਐਸਾ ਵਜ਼ੀਫਾ, ਪਿਆਰਾ ਵਜ਼ੀਫਾ, ਕੁਰਾਨੀ ਵਜ਼ੀਫਾ ਜਿਹਨੂੰ ਕਹਿੰਦੇ ਨੇ, ਉਹ ਦੱਸਣ ਲੱਗਾ। ਜਿਸ ਬੰਦੇ ਨੂੰ ਵਾਰੀ ਦਾ ਬਹਾਰ ਚੜ੍ਹਦਾ ਹੋਵੇ, ਡਾਕਟਰ ਜਵਾਬ ਦੇ ਦੇਣ, ਪਹਿਲੇ ਡਾਕਟਰ ਦੀ ਦਵਾਈ ਜ਼ਰੂਰ ਖਾਣੀ ਹੈ, ਜਿੱਥੇ ਡਾਕਟਰੀ ਦਵਾਈ ਬੰਦ ਹੋਵੇ ਕਹੋ ਮੈਨੂੰ ਨਹੀਂ ਸਮਝ ਆ ਰਹੀ, ਉਦੋਂ ਫਿਰ ਤੁਹਾਡਾ ਬਹਾਰ ਵੇਖੋ ਕੈਸਾ, ਕਿਸ ਤਰ੍ਹਾਂ ਉਤਰਦਾ ਹੈ। ਬਹਾਰ ਜਿਸ ਤਰ੍ਹਾਂ ਦਾ ਹੋਵੇ, ਸੁਬਹਾ ਚੜ੍ਹਦਾ, ਵਾਰੀ ਦਾ ਬਹਾਰ ਹੋਵੇ, ਸੁਬਹਾ ਸ਼ਾਮ ਨੂੰ ਜਿਸ ਤਰ੍ਹਾਂ ਦਾ ਬਹਾਰ ਹੋਵੇਗਾ, ਕਿਸੇ ਤਰੀਕੇ ਨਾਲ ਉਤਰਦਾ ਹੋਵੇ, ਤਾਂ ਇਨਸ਼ਾਅੱਲਾ ਤੁਸੀਂ ਇਹਨੂੰ ਗੁੜ ਲੈ ਕੇ, ਗੁੜ ਜਿਹੜਾ ਹੁੰਦਾ ਖਾਣ ਨਾਲ ਮਿੱਠਾ, ਉਹਦੇ 7 ਢੇਲੀਆਂ ਛੋਟੀਆਂ ਛੋਟੀਆਂ ਬਣਾਉਣੀਆਂ, ਜਿਹੜੀ ਕੰਕਰੀਆਂ ਜਿਹੀਆਂ ਬਣਾ ਕੇ ਉਹ ਤੁਸੀਂ ਪੜ੍ਹਨਾ। ਹਰ ਕੰਕਰ ਦੇ ਉੱਤੇ 3 ਦਫ਼ਾ ਪੜ੍ਹਨਾ, ਪੜ੍ਹਨਾ ਤੁਸੀਂ ਕੁੰਨਾ ਯਾ ਨਾਰ ਕੁੰਨੀ ਬਰਦਮ ਸਲਾਮੁਨ ਅਲਾ ਇਬਰਾਹੀਮ। ਬੱਚੋ ਮੇਰੇ ਪਿਆਰੇ ਦੋਸਤੋ, ਕੀ ਪੜ੍ਹਨਾ? ਕੁੰਨਾ ਯਾ ਨਾਰ ਕੁੰਨੀ ਬਰਦਮ ਸਲਾਮੁਨ ਅਲਾ ਇਬਰਾਹੀਮ। ਇੱਕ ਇੱਕ ਢੇਲੀ 3-3 ਦਫ਼ਾ ਪੜ੍ਹੋ, 7-7 ਦਫ਼ਾ ਪੜ੍ਹੋ, ਪੜ੍ਹ ਕੇ ਉਸ ਤੋਂ ਬਾਅਦ ਉਹਨੂੰ ਫੂਕ ਮਾਰ ਕੇ, ਅਤੇ ਨਾਲ ਜਿਹੜਾ ਬਿਮਾਰ ਸ਼ੁਦਾ ਬੰਦਾ ਹੈ ਉਹਨੂੰ ਵੀ ਫੂਕ ਮਾਰ ਦਿਉ, ਠੀਕ ਹੈ? ਉਸ ਤੋਂ ਬਾਅਦ ਤੁਸੀਂ ਪੜ੍ਹ ਕੇ ਉਸ ਤੋਂ ਬਾਅਦ ਇੱਕ ਢੇਲੀ ਉਹਨੂੰ ਸੁਬਹਾ ਖਵਾ ਦਿਉ, 1 ਘੰਟੇ ਬਾਅਦ ਉਹਨੂੰ ਖਵਾਓ, 1 ਘੰਟੇ ਬਾਅਦ ਇਨਸ਼ਾਅੱਲਾ ਸ਼ਾਮ ਤੀਕ ਬਹਾਰ ਬਿਲਕੁਲ ਠੰਡਾ ਪਏਗਾ, ਬੰਦਾ ਬਹਾਰ ਦਫ਼ਾ ਦੂਰ ਹੋਏਗਾ ਇਨਸ਼ਾਅੱਲਾ ਤਾਲਾ। ਤਾਂ ਬੱਚੋ ਇਹਨੂੰ ਪੜ੍ਹੋ, ਅਤੇ ਫਿਰ ਤੁਸੀਂ ਬਾਬੇ ਆਪ ਨੂੰ ਯਾਦ ਹੀ ਕਰੋਗੇ, ਦੁਆ ਵੀ ਦਿਓਗੇ ਇਨਸ਼ਾਅੱਲਾ ਤਾਲਾ। ਅੱਛਾ ਫਿਰ, ਅਸਲਾਮ ਵਾਲੇਕਮ ਜੀ।